1470 AMTS ਵੇਲੇ ਜੁੜੇ ਹੋਏ ਸਾਰੇ ਪੰਜਾਬੀ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਬੜਾ ਭਾਗਾਂ ਵਾਲਾ ਦਿਨ ਹੈ ਸਾਡੇ ਪੰਜਾਬੀਆਂ ਲਈ। ਪੂਰੇ ਵਰਲਡ ਦੇ ਵਿੱਚ ਜਿੱਥੇ ਤਰੱਕੀਆਂ ਕੀਤੀਆਂ ਸੀ, ਮੀਡੀਆ ਦੇ ਵਿੱਚ ਤਰੱਕੀਆਂ ਕੀਤੀਆਂ, ਅੱਜ ਹੋਰ ਇੱਕ ਅਧਿਆਏ ਉਹਦੇ ਵਿੱਚ ਜੋੜਨ ਜਾ ਰਿਹਾ। ਅਤੇ ਸਰਦਾਰ ਗੁਰਵਿੰਦਰ ਸਿੰਘ ਧਾਲੀਵਾਲ ਜਿਹੜੇ ਕਿ ਆਵਾਜ਼ੇ ਪੰਜਾਬ ਪ੍ਰੋਗਰਾਮ ਪਿਛਲੇ 10-12 ਸਾਲ ਤੋਂ ਕਰਦੇ ਆ ਰਹੇ, ਉਹਨੂੰ ਇੱਕ ਨਵੇਂ ਪਲੇਟਫਾਰਮ 'ਤੇ ਲੈ ਕੇ ਜਾ ਰਹੇ ਆ। ਇਹਨਾਂ ਦੀ ਬੜੀ ਵੱਡੀ ਖੁਸ਼ਕਿਸਮਤੀ ਹੈ ਕਿ ਪੰਜਾਬ ਦੀਆਂ ਦੋ ਵੱਡੀਆਂ ਆਵਾਜ਼ਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ। ਸਭ ਤੋਂ ਵੱਡੀ ਆਵਾਜ਼ ਜਿਹੜੀ ਹੈ ਪੰਜਾਬ ਦੀ ਆਵਾਜ਼ ਅਜੀਤ ਅਖਬਾਰ ਸਾਡੀ, ਉਹਦੇ ਸਾਡੇ ਇੱਥੋਂ ਰੀਪ੍ਰਜੈਂਟ ਕਰਦੇ ਆ ਸਾਨੂੰ ਇਹ ਪੂਰੀ ਦੁਨੀਆ ਦੇ ਵਿੱਚ। ਅਤੇ ਮੈਂ ਬੜਾ ਇਸ ਗੱਲ 'ਤੇ ਆਪਣੇ ਆਪ ਨੂੰ ਭਾਗਾਂ ਵਾਲਾ ਮਾਣ ਮਹਿਸੂਸ ਕਰਦਾ ਹੁਣ ਇਹਨਾਂ ਨਾਲ ਖੜ ਕੇ, ਕਿ ਅਜੀਤ ਅਖਬਾਰ ਦੇ ਸੰਪਾਦਕੀ ਪੇਜ 'ਤੇ ਛਪਣ ਦਾ ਜਿਹੜੇ ਬਾਹਰਲੇ ਪੱਤਰਕਾਰ ਉਹਨਾਂ ਵਿੱਚੋਂ ਇੱਕੋ ਇੱਕ ਇਹੋ ਜਿਹੇ ਇਹ ਨੇ ਜਿਹਨਾਂ ਨੂੰ ਇਹ ਮਾਣ ਹਾਸਲ ਹੈ। ਮੈਂ ਚਾਹੁੰਦਾ ਤਾੜੀਆਂ ਮਾਰ ਕੇ ਇਸ ਗੱਲ ਲਈ ਇਹਨਾਂ ਨੂੰ ਵਧਾਈ ਦੇ। ਦੂਜਾ ਜਿਹੜਾ ਪ੍ਰੋਗਰਾਮ ਹੈ ਉਹ ਵੀ ਪੰਜਾਬ ਦੀ ਆਵਾਜ਼ ਹੀ ਹੈ, ਉਹ ਆਵਾਜ਼ੇ ਪੰਜਾਬ ਜਿਹੜਾ ਕਿ ਪਿਛਲੇ 12 ਸਾਲ ਤੋਂ ਤੁਸੀਂ ਸੁਣਦੇ ਆ ਰਹੇ ਹੋ, ਉਹਨਾਂ ਨੂੰ ਇੱਕ ਨਵੇਂ ਤਰੀਕੇ ਨਾਲ ਪੇਸ਼ ਕਰਨਗੇ। ਉਹ ਬਹੁਤ ਅੱਛੀ ਗੱਲ ਹੋਈ ਹੈ ਕਿਉਂਕਿ ਸਾਡੇ ਬਹੁਤ ਹੋਰ ਇਹਨਾਂ ਦੇ ਜਿਹੜੇ ਸਹਿਯੋਗੀ ਨੇ, ਹੋਰ ਇਹਨਾਂ ਦੇ ਨਾਲ ਕੰਮ ਕਰਨ ਵਾਲੇ ਆ। ਸਵੇਰ ਨੂੰ ਟਾਕ ਸ਼ੋਅ ਜਿਹੜੇ ਰੱਖੇ ਜਾਂਦੇ ਆ ਉਹ ਕਈ ਵਾਰੀ ਬਹੁਤਾਤ ਹੋ ਜਾਂਦੀ ਆ, ਵਿਸ਼ਿਆਂ ਦੀ ਵੀ ਕਮੀ ਹੋ ਜਾਂਦੀ ਆ। ਸ਼ਾਮ ਨੂੰ ਬਿਲਕੁਲ ਪੰਜਾਬ ਦੇ ਵਿੱਚ ਨਵਾਂ ਦਿਨ ਚੜ੍ਹਿਆ ਹੋਏਗਾ ਅਤੇ ਜਿਹੜੀਆਂ ਘਟਨਾਵਾਂ ਨਵੀਆਂ ਵਾਪਰੀਆਂ ਹੋਣਗੀਆਂ, ਜਿਨ੍ਹਾਂ ਦਾ ਉੱਥੇ ਘਰ ਘਰ ਚਰਚਾ ਹੋਇਆ ਕਰੇਗਾ, ਉਹ ਸਾਨੂੰ ਸੌਣ ਤੋਂ ਪਹਿਲਾਂ ਇੱਥੇ ਸਾਡੇ ਤੱਕ ਇਹ ਪਹੁੰਚਾਉਣਗੇ। ਮੇਰੀਆਂ ਦਿਲੋਂ ਸ਼ੁਭਕਾਮਨਾਵਾਂ ਕਮਲ ਹੀਰ ਦੀਆਂ, ਸੰਗਤਾਰ ਦੀਆਂ, ਮੈਂ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਇਹਨਾਂ ਨੂੰ ਅਤੇ ਇਹ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਡੀ ਪੰਜਾਬ ਦੀ ਜਿਹੜੀ ਆਵਾਜ਼ ਹੈ, ਜਿਹੜੀ ਆਵਾਜ਼ ਪੰਜਾਬ ਆ, ਉਹ ਪੂਰੀ ਦੁਨੀਆ ਦੇ ਵਿੱਚ ਆਪਣਾ ਨਵੇਂ ਤੋਂ ਨਵੇਂ ਵਿਸ਼ੇ ਲੈ ਕੇ ਸਾਨੂੰ ਸੁਚੇਤ ਕਰੇ ਅਤੇ ਪੰਜਾਬੀਆਂ ਨੂੰ ਹੋਰ ਤਰੱਕੀ 'ਚ ਲੈ ਕੇ ਜਾਵੇ। ਬਹੁਤ ਬਹੁਤ ਧੰਨਵਾਦ ਵੀਰ ਹਰਭਜਨ ਵਾਰਸ ਅਤੇ ਨਾਲ ਹੀ ਕਮਲਹੀਰ ਸੰਗਤਾਰ। ਅੱਜ ਇਹ ਪੰਜਾਬ ਬੈਂਕਟ ਹਾਲ ਤੋਂ ਆਵਾਜ਼ੇ ਪੰਜਾਬ ਰੇਡੀਓ ਦੇ ਜ਼ਰੀਏ 1470 ਫ੍ਰੀਕੁਐਂਸੀ 'ਤੇ ਹਵਾ ਦੀਆਂ ਤਰੰਗਾਂ 'ਚ ਜੋ ਸੁਨੇਹਾ, ਧੀਆਂ ਬਚਾਓ, ਰੁੱਖ ਲਗਾਓ, ਸਤਿਕਾਰ ਦੀ ਇੱਕ ਗੱਲ ਜਿਹੜੀ ਇਹਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਕੀਤੀ। ਅੱਜ ਇੱਥੇ ਮਨਮੋਹਨ ਵਾਰਸ ਸਾਡੇ ਵਿਚਕਾਰ ਨੇ। ਸਮਝੋ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਮਾਂ ਬੋਲੀ ਦੇ ਵਾਰਸ ਜਿਉਂਦੇ ਨੇ, ਜਿਹੜੀ ਇਸ ਬੋਲੀ ਦਾ ਨਾਂ ਉੱਚਾ ਕਰਨਗੇ। ਸੋ ਮਨਮੋਹਨ ਵਾਰਸ ਹੋਰਾਂ ਲਈ ਜ਼ੋਰਦਾਰ ਤਾੜੀਆਂ ਅਤੇ ਇਹਨਾਂ ਨੇ ਅਸੀਂ ਇੱਕ ਪਿਆਰ ਸਤਿਕਾਰ ਅੱਜ ਦੇ ਇਸ ਇਕੱਠ ਦੇ ਵਿੱਚ, ਜਿੱਥੇ ਇਹ ਆਵਾਜ਼ੇ ਪੰਜਾਬ ਰੇਡੀਓ ਦੇ ਜ਼ਰੀਏ ਪਹਿਲਾ ਪ੍ਰੋਗਰਾਮ ਜਿਸ ਨੂੰ ਬੇਮਿਸਾਲ ਹੁੰਗਾਰਾ ਤੁਸੀਂ ਦਿੱਤਾ ਹੈ, ਇਹ ਬੱਚੇ ਛੋਟੇ ਛੋਟੇ, ਬਜ਼ੁਰਗ, ਨੌਜਵਾਨ, ਸਾਡੀਆਂ ਸੰਸਥਾਵਾਂ, ਸਾਡਾ ਮੀਡੀਆ, ਸਾਡੇ ਸਾਹਿਤਕਾਰ, ਪੱਤਰਕਾਰ ਅਤੇ ਨਾਲ ਸਿਆਸਤ ਦੇ ਜਿਹੜੇ ਥੰਮ ਨੇ ਉਹ ਸਾਰੇ ਪਹੁੰਚੇ ਨੇ। ਹਰ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਅਗਾਂਹ ਪੁਲਾਂਘਾ ਪੁੱਟੇ ਅਤੇ ਹਰ ਸਮਾਜ ਦੀ ਤਰੱਕੀ ਜਿਹੜੀ ਹੈ ਉਸ ਦੇ ਸਾਹਿਤ ਅਤੇ ਲੇਖਕ ਵਰਗ 'ਤੇ ਕੇਂਦਰਿਤ ਹੁੰਦੀ ਹੈ। ਸੋ ਇਹ ਤੁਹਾਡੇ ਨਾਲ ਪ੍ਰਣ ਹੈ ਅੱਜ ਪਹਿਲੇ ਦਿਨ ਇਸ ਰੇਡੀਓ ਦੇ ਜ਼ਰੀਏ 1470 ਫ੍ਰੀਕੁਐਂਸੀ 'ਤੇ ਮੰਡੇ ਟੂ ਫਰਾਈਡੇ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਭਖਦੇ ਮੱਲੇ ਮਸਲੇ, ਡੰਗ ਅਤੇ ਚੋਭਾ ਅਤੇ ਇਸ ਦੇ ਨਾਲ ਨਾਲ ਵਿਸ਼ੇਸ਼ ਰਿਪੋਰਟਸ ਪ੍ਰਸਾਰਿਤ ਹੋਣਗੀਆਂ ਅਤੇ ਹਰ ਐਤਵਾਰ ਨੂੰ 1 ਤੋਂ ਲੈ ਕੇ 4 ਵਜੇ ਤੱਕ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈ ਭਾਈਚਾਰੇ ਦਾ, ਕਮਿਊਨਿਟੀ ਦਾ, ਸਾਡੇ ਨੌਜਵਾਨਾਂ ਦਾ, ਅਰਜਨ ਸਿੰਘ ਭੁੱਲਰ ਵਰਗੇ ਇੱਥੇ ਸਨ ਜਿਨ੍ਹਾਂ ਨੂੰ ਅਸੀਂ ਮਾਣ ਕਰਦੇ ਹਾਂ, ਇੱਥੇ ਹੋਰ ਬੜੀਆਂ ਸ਼ਖਸੀਅਤਾਂ ਸਨ। ਸੋ ਅਖੀਰ ਦੇ ਵਿੱਚ ਇਹੀ ਸੁਨੇਹਾ, ਆਓ ਮਿਲ ਜੁਲ ਕੇ ਅਸੀਂ ਇਸ ਮੁਕਾਮ ਨੂੰ ਅਗਾਂਹ ਤੋਰੀਏ। ਅਤੇ ਅੱਜ ਦੇ ਸੰਚਾਲਕ ਦਲਜੀਤ ਪਾਲ ਸਿੰਘ ਬਰਾੜ, ਸੁਰਿੰਦਰਪਾਲ ਕੌਰ, ਬਹੁਤ ਬਹੁਤ ਧੰਨਵਾਦ। ਅਤੇ ਇਸ ਦੇ ਅਖੀਰ ਦੇ ਵਿੱਚ ਦਲਜੀਤ ਪਾਲ ਸਿੰਘ ਜੀ ਸੁਨੇਹਾ ਦੇਣਗੇ, ਉਸ ਤੋਂ ਬਾਅਦ ਬੇਮਿਸਾਲ ਜਿਹੜਾ ਸਾਡੇ ਬੱਚਿਆਂ ਦਾ ਗੱਤਕਾ ਹੈ ਉਹ ਤੁਹਾਡੇ ਨਾਲ ਸਾਂਝਾ ਹੋਏਗਾ ਸ਼ਾਨਦਾਰ ਢੰਗ ਦੇ ਨਾਲ। ਬਰਾੜ ਸਾਹਿਬ ਜੀ, ਸਰੋਤਿਓ ਸੁਣਦੇ ਰਹਿੰਦੇ 25 ਸਕਿੰਟਾਂ ਦੇ ਵਿੱਚ ਤੁਹਾਨੂੰ ਸਭ ਨੂੰ ਇਹੀ ਸੁਨੇਹਾ ਕਿ ਅਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਉਮੀਦਾਂ ਉਹਨਾਂ 'ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਅਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਹਰ ਐਤਵਾਰ ਦੁਪਹਿਰੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਰੇਡੀਓ ਆਵਾਜ਼ੇ ਪੰਜਾਬ 1470 AM 'ਤੇ ਤੁਸੀਂ ਸਾਡੇ ਨਾਲ ਜੁੜਿਓ ਰਹੋ ਅਤੇ ਤਾਂ ਕਿ ਅਸੀਂ ਅੱਗੇ ਤੋਂ ਤੁਹਾਡੀ ਖਿਦਮਤ ਦੇ ਵਿੱਚ ਤੁਹਾਡੀਆਂ ਉਮੀਦਾਂ 'ਤੇ ਪੂਰਾ ਉਤਰ ਸਕੀਏ। ਬਹੁਤ ਬਹੁਤ ਧੰਨਵਾਦ।